ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ, ਚੱਖਰਾਂ ਦੇ ਵਿੱਚ ਰੱਖ ਦਿੱਤਾ ਹੈ ਦੀਵਾ ਬਾਲ ਪੰਜਾਬੀ ਦਾ। ਆਖਣ ਜਿਹੜੇ ਕਿ ਵਿੱਚ ਪੰਜਾਬੀ ਵਸਤ ਨਹੀਂ ਤਹਿਜ਼ੀਬ ਨਹੀਂ, ਪੜ੍ਹ ਕੇ ਵੇਖਣ ਵਾਰਿਸ ਬੁੱਲਾ ਬਾਹੂ ਲਾਲ ਪੰਜਾਬੀ ਦਾ। ਨਿਊਜ਼ ਨੰਬਰ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਰਦੀਪ ਗਰੇਵਾਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਦੋਸਤੋ, ਅਕਸਰ ਤੁਹਾਡੇ ਸੁਨੇਹੇ ਮਿਲਦੇ ਰਹਿੰਦੇ ਨੇ ਕਿ ਤੁਹਾਡੇ ਕੋਲ ਸ਼ਬਦ ਬੜੇ ਨੇ, ਤੁਸੀਂ ਸ਼ਬਦਾਂ ਦੀ ਚੋਣ ਬੜੇ ਸਹੀ ਤਰੀਕੇ ਦੇ ਨਾਲ ਕਰਦੇ ਹੋ, ਪਰ ਅੱਜ ਮੇਰੇ ਸਾਰੇ ਸ਼ਬਦ ਮੁੱਕ ਗਏ ਨੇ। ਇਹ ਗੱਲ ਤਾਂ ਬਹੁਤੀ ਚੰਗੀ ਨਹੀਂ ਹੈਗੀ, ਪਰ ਜਦੋਂ ਤੁਹਾਡੇ ਸਾਹਮਣੇ ਉਹਨਾਂ ਸ਼ਬਦਾਂ ਦੇ ਸੁਦਾਗਰ ਬੈਠੇ ਹੋਣ ਤਾਂ ਉੱਥੇ ਨਰਵਸ ਹੋਣਾ ਵੀ ਬੜੀ ਜਾਇਜ਼ ਜੀ ਗੱਲ ਹੁੰਦੀ ਆ ਅਤੇ ਤੁਹਾਡਾ ਨਿਸ਼ਬਦ ਹੋਣਾ ਵੀ ਬਹੁਤ ਜਾਇਜ਼ ਜੀ ਗੱਲ ਹੁੰਦੀ ਆ। ਮੇਰੇ ਨਾਲ ਇਹ ਪੰਜਾਬੀ ਫਿਲਮ ਇੰਡਸਟਰੀ ਜਾਂ ਪੰਜਾਬੀ ਸਾਹਿਤ ਦਾ, ਪੰਜਾਬੀ ਟੈਲੀਵਿਜ਼ਨ ਇੰਡਸਟਰੀ ਦਾ ਇੱਕ ਉਹ ਮਾਣ ਮੱਤਾ ਚਿਹਰਾ ਜਿਹਨੇ ਕਿ ਜਦੋਂ ਆਪਣੀ ਸ਼ੁਰੂਆਤ ਕੀਤੀ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਹਮੇਸ਼ਾ ਪੰਜਾਬੀ ਦਾ ਮਾਣ ਹੀ ਬੜੇ ਰਹੇ ਨੇ ਅਤੇ ਪੰਜਾਬੀ ਨੇ ਵੀ ਉਹਨਾਂ ਨੂੰ ਬੜਾ ਘੁੱਟ ਕੇ ਗਲੇ ਨਾਲ ਲਾ ਕੇ ਰੱਖਿਆ ਅਤੇ ਸ਼ਹਿਰ ਬਟਾਲੇ ਦੀ ਉਹ ਜੰਮੀ ਪਲੀ ਹੈ। ਮੈਂ ਗੱਲ ਕਰ ਰਹੀ ਹਾਂ ਸਤਿੰਦਰ ਸੱਤੀ ਹੋਰਾਂ ਦੀ। ਮੈਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੁਰਦੀਪ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ ਮੈਮ। ਇੱਕ ਤਾਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਹਾਡੇ ਨਾਲ ਗੱਲ ਹੋ ਰਹੀ ਹੈ ਅਤੇ ਦੂਸਰੇ ਪਾਸੇ ਮੈਂ ਬਹੁਤ ਜ਼ਿਆਦਾ ਨਰਵਸ ਵੀ ਹਾਂ ਕਿ ਤੁਹਾਡੇ ਨਾਲ ਗੱਲ ਹੋ ਰਹੀ ਹੈ, ਹੈ ਨਾ। ਅਤੇ ਜਿਨ੍ਹਾਂ ਨੂੰ ਅਸੀਂ ਦੇਖ ਦੇਖ ਕੇ ਇੱਥੇ ਤੱਕ ਪਹੁੰਚੇ ਹਾਂ ਅਤੇ ਲੋਕ ਮੈਨੂੰ ਕਹਿੰਦੇ ਨੇ ਕਿ ਤੁਸੀਂ ਬੜਾ ਚੰਗਾ ਬੋਲਦੇ, ਪਰ ਮੈਂ ਕਹਿੰਦੀ ਹਾਂ ਕਿ ਮੈਂ ਉਹਨਾਂ ਨੂੰ ਸੁਣਦੀ ਰਹੀ ਹਾਂ, ਹੈ ਨਾ। ਅਤੇ ਤੁਹਾਨੂੰ ਸੁਣ ਸੁਣ ਕੇ ਅਸੀਂ ਅੱਜ ਇੱਥੇ ਤੱਕ ਪਹੁੰਚੇ ਹਾਂ ਅਤੇ ਬਹੁਤ ਸ਼ੁਕਰੀਆ ਕਿ ਤੁਸੀਂ ਇਸ ਇੰਡਸਟਰੀ ਦੇ ਵਿੱਚ ਆਏ। ਅਤੇ ਤੁਹਾਡੇ ਆਉਣ ਮਗਰੋਂ ਕਿੰਨੀਆਂ ਹੀ ਸਤਿੰਦਰ ਸੱਤੀਆਂ, ਵੈਸੇ ਤਾਂ ਤੁਸੀਂ ਇੱਕ ਹੋ, ਪਰ ਇੱਕ ਤੁਸੀਂ ਹਮੇਸ਼ਾ ਸਾਡੇ ਲਈ ਇੰਸਪੀਰੇਸ਼ਨ ਰਹੇ ਹੋ ਇੱਥੇ ਤੱਕ ਆਉਣ ਦੇ ਲਈ, ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਗੁਰਦੀਪ, ਇੰਨਾ ਮਾਣ ਦੇਣ ਦੇ ਲਈ, ਕਿਉਂਕਿ ਗੱਲ ਇਹ ਹੈ ਨਾ ਕਿ ਸ਼ੁਰੂਆਤ ਮਾਲਕ ਨੇ ਮੇਰੇ ਹਿੱਸੇ ਵਿੱਚ ਕਰ ਦਿੱਤੀ, ਬਾਕੀ ਜੋ ਉਸਨੇ ਜਿਸ ਦੇ ਲਈ ਲਿਖਿਆ ਹੋਏ, ਹਰ ਫੁੱਲ ਦੀ ਆਪਣੀ ਖੁਸ਼ਬੂ ਹੋਏ, ਤੁਸੀਂ ਤੁਹਾਡਾ ਆਪਣਾ ਇੱਕ ਮੁਕਾਮ ਹੈ। ਉਸੇ ਤਰ੍ਹਾਂ ਜਿੰਨੀਆਂ ਵੀ ਕੁੜੀਆਂ ਕੰਮ ਕਰ ਰਹੀਆਂ ਨੇ ਉਹਦੀ ਇਹ ਚੰਗੀ ਗੱਲ ਹੈ ਕਿ ਚਲੋ ਮਾਲਕ ਨੇ ਮੈਨੂੰ ਸ਼ੁਰੂਆਤ ਦੇ ਲਈ ਚੁਣਿਆ ਹੈ, ਉਹਦੇ ਲਈ ਮੈਂ ਬੜੀ ਪਰਮਾਤਮਾ ਦੀ ਧੰਨਵਾਦੀ ਹਾਂ। ਅਤੇ ਅਸੀਂ ਬੜੇ ਚਿਰਾਂ ਤੋਂ ਪਲੈਨ ਕਰ ਰਹੇ ਸੀਗੇ ਕਿ ਤੁਹਾਡਾ ਇੰਟਰਵਿਊ ਕਰੀਏ ਅਤੇ ਤੁਹਾਡੇ ਨਾਲ ਗੱਲਾਂ ਹੋਣ, ਕਿਵੇਂ ਸਤਿੰਦਰ ਸੱਤੀ ਦੀ ਸ਼ੁਰੂਆਤ ਹੋਈ ਸੀਗੀ, ਅਤੇ ਉਹ ਆਪਾਂ ਗੱਲਾਂ ਅੱਜ ਇੱਕ ਪਾਸੇ ਰੱਖਦੇ ਹਾਂ ਅਤੇ ਇਹਦੇ ਲਈ ਅਸੀਂ ਵਾਅਦਾ ਕਰਦੇ ਹਾਂ ਕਿ ਤੁਸੀਂ ਵੀ ਸਾਨੂੰ ਟਾਈਮ ਦਿਓਗੇ ਅਤੇ ਉਹ ਸਾਰੀਆਂ ਗੱਲਾਂ ਆਪਾਂ ਕਰਾਂਗੇ ਤੁਹਾਡੇ ਨਾਲ। ਪਰ ਅੱਜ ਜਿਹੜਾ ਸਬੱਬ ਹੈਗਾ, ਤੁਹਾਡੀ 11 ਮਈ ਨੂੰ ਫਿਲਮ ਜਿਹੜੀ ਰੇਡੂਆਂ ਰਿਲੀਜ਼ ਹੋ ਰਹੀ ਆ ਉਹ ਬਣਿਆ, ਜਦੋਂ ਮਨਮੋਹਨ ਸਿੰਘ ਹੋਰਾਂ ਦਾ ਸਿਨੇਮਾ ਸ਼ੁਰੂ ਹੋਇਆ ਸੀ ਪੰਜਾਬੀ ਦੇ ਵਿੱਚ, ਹਰਭਜਨ ਮਾਨ ਆਏ ਸੀ ਤਾਂ ਉਹਨਾਂ ਦੀਆਂ ਫਿਲਮਾਂ ਦੇ ਵਿੱਚ ਅਸੀਂ ਸੱਤੀ ਨੂੰ ਦੇਖਦੇ ਹੁੰਦੇ ਸੀ ਅਤੇ ਕਿੱਡੇ ਸੋਹਣੇ ਕਿਰਦਾਰ ਸੀਗੇ ਤੁਹਾਡੇ, ਉਹ ਭਾਵੇਂ ਕਰੈਕਟਰ ਰੋਲ ਸੀਗੇ ਤਾਂ ਬਹੁਤ ਖੂਬਸੂਰਤ ਕਿਰਦਾਰ ਤੁਸੀਂ ਨਿਭਾਏ ਨੇ। ਹੁਣ ਬਹੁਤ ਲੰਮੇ ਵਕਫੇ ਤੋਂ ਬਾਅਦ ਤੁਸੀਂ ਦੁਬਾਰਾ ਤੋਂ ਅਦਾਕਾਰੀ ਦੇ ਵਿੱਚ ਆਏ ਹੋ, ਇਹ ਇੰਨਾ ਟਾਈਮ ਗੈਪ ਕਿਉਂ ਰਿਹਾ? ਉਹਦੇ ਵਿੱਚ ਮੈਂ ਇੱਕ ਫਿਲਮ ਕੀਤੀ ਸੀ ਪ੍ਰੀਤ ਹਰਪਾਲ ਹੋਣਾ ਨਾਲ, ਮਾਈ ਸੈਲਫ ਪਿੰਡੂ ਜੀ, ਉਹ ਵੀ ਮਤਲਬ ਅੱਛਾ ਸਰਾਇਆ ਗਿਆ। ਉਸ ਤੋਂ ਬਾਅਦ ਐਕਚੁਅਲੀ ਫਿਲਮਾਂ ਜਿਹੜੀਆਂ ਬਣਦੀਆਂ ਨੇ, ਮੇਰਾ ਆਪਣਾ ਇੱਕ ਜ਼ਹਿਨੀ ਤੌਰ 'ਤੇ ਆਪਣਾ ਇੱਕ ਸਿਸਟਮ ਹੈ, ਮੈਂ ਆਪਣੇ ਤਰੀਕੇ ਨਾਲ ਹੀ ਕੰਮ ਕਰਦੀ ਹਾਂ। ਜੋ ਮੈਨੂੰ ਚੰਗਾ ਲੱਗਦਾ ਮੈਂ ਜ਼ਿੰਦਗੀ 'ਚ ਉਹੀ ਕੀਤਾ, ਆਪਣੇ ਅਸੂਲਾਂ ਦੇ ਨਾਲ ਜ਼ਿੰਦਗੀ ਜੀਵੀ ਹੈ। ਇਸ ਕਰਕੇ ਮੈਨੂੰ ਕੋਈ ਫਿਲਮਾਂ 'ਚ ਉਸ ਤਰ੍ਹਾਂ ਦਾ ਕਿਰਦਾਰ ਲੱਗਾ ਹੀ ਨਹੀਂ ਕਿ ਮੈਨੂੰ ਕਰਨਾ ਚਾਹੀਦਾ ਹੈ ਜਿਹੜਾ ਮੈਂ ਕੀਤਾ ਹੈ। ਸੋ ਉਸ ਤੋਂ ਬਾਅਦ ਇਹ ਜਦੋਂ ਨਵ ਨੇ ਮੈਨੂੰ ਫਿਲਮ ਸੁਣਾਈ ਔਰ ਮੈਨੂੰ ਲੱਗਾ ਕਿ ਪਹਿਲੀ ਸਾਇੰਸ ਫਿਕਸ਼ਨ ਹੈ, ਹਿਸਟਰੀ ਆਪਣੇ ਆਪ ਦੇ ਵਿੱਚ ਹਿਸਟੋਰਿਕ ਫਿਲਮ ਹੋਏਗੀ ਔਰ ਕਰੈਕਟਰਸ ਬੜੇ ਅੱਛੇ ਸੀ, ਸਟਾਰ ਕਾਸਟ ਬੜੇ ਅੱਛੀ ਸੀ, ਸੋ ਮੈਨੂੰ ਲੱਗਾ ਕਿ ਮੈਨੂੰ ਫਿਲਮ ਦੁਬਾਰਾ ਕਰਨੀ ਚਾਹੀਦੀ, ਨਾਲੇ ਹੁਣ ਸਿਨੇਮਾ ਵੀ ਡਿਫਰੈਂਟ ਜ਼ੋਨਰ 'ਚ ਅਤੇ ਮੈਨੂੰ ਲੱਗਾ ਕਿ ਇਹ ਚੰਗਾ ਰੀਸਟਾਰਟ ਹੈ ਦੁਬਾਰਾ ਤੋਂ ਕਰਨੇ ਆ ਜੀ। ਉਹਨਾਂ ਨੇ ਦੱਸਿਆ ਕਿ ਤੁਹਾਡਾ ਜੋ ਕਿਰਦਾਰ ਹੈ ਉਹ ਇੱਕ ਮਕਾਨ ਮਾਲਕਣ ਦਾ ਕਿਰਦਾਰ ਹੈ, ਤੁਸੀਂ ਕਿਹੋ ਜਿਹੇ ਹੋ, ਬਹੁਤ ਜ਼ਿਆਦਾ ਲਾਊਡ ਹੋ ਜਾਂ ਕਿੱਦਾਂ ਦੇ ਹੋ? ਮੈਂ ਆਪਣੀ ਏਜ ਦਾ ਯੰਗ ਕੁੜੀ ਦਾ ਕਿਰਦਾਰ ਨਿਭਾਇਆ ਹੈ ਕਿ ਜਿਹੜੀ ਜਿਹਦੇ ਕੋਈ ਫੈਮਿਲੀ 'ਚ ਨਹੀਂ ਹੈ ਅਤੇ ਉਹ ਸੋਰਸ ਆਫ ਇਨਕਮ ਦੇ ਲਈ ਜਿਹੜਾ ਉਸਨੇ ਕਿਰਾਏਦਾਰ ਰੱਖੇ ਹੋਏ ਨੇ, ਉਹਨੂੰ ਬੀਂਗ ਅ ਸਿੰਗਲ ਗਰਲ ਥੋੜ੍ਹਾ ਜਿਹਾ ਸਟ੍ਰਿਕਟ ਹੋਣਾ ਪੈਂਦਾ ਹੈ ਕਿਉਂਕਿ ਉਹ ਕਿਰਾਇਆ ਨਹੀਂ ਦਿੰਦੇ, ਬੀਂਗ ਅ ਫੀਮੇਲ ਉਹਨੂੰ ਲੀਨੀਅੰਟ ਲੈਂਦੇ ਨੇ, ਥੋੜ੍ਹੀ ਜਿਹੀ ਸਟ੍ਰਿਕਟ ਹੈ ਉਹ ਜਦੋਂ 2018 'ਚ ਮੇਰਾ ਕਿਰਦਾਰ ਹੈ। ਫਿਰ ਜਦੋਂ 1955 'ਚ ਜਾਂਦੀ ਹੈ ਤਾਂ ਬਿਲਕੁਲ ਇੱਕ ਡਿਫਰੈਂਟ ਜ਼ੋਨ ਦੀ ਕੁੜੀ ਬਣ ਜਾਂਦੀ ਹੈ ਕਿਉਂਕਿ ਉਹਨਾਂ ਦੇ ਨਾਲ ਉਹ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਫਿਰ ਕੈਟ ਵਾਕ ਕਰਨਾ ਸਿਖਾਉਂਦੀ ਹੈ, ਉਹਨਾਂ ਨੂੰ ਮੇਕਅਪ ਕਰਨਾ ਸਿਖਾਉਂਦੀ ਹੈ, ਉਹਨਾਂ ਨੂੰ ਉਹਨੂੰ ਇਹ ਲੱਗਦਾ ਕਿ ਇਹ ਵਿਚਾਰੀਆਂ ਕਿਉਂ ਇੱਦਾਂ ਮਤਲਬ ਬਣ ਕੇ ਬੈਠੇ ਰਹਿੰਦੀਆਂ, ਤਿਆਰ ਸ਼ਿਆਰ ਹੋ ਕੇ ਕਿਉਂ ਨਹੀਂ ਬਹਿੰਦੀਆਂ। ਸੋ ਉਹ ਉਹਨਾਂ ਦੇ ਵਿੱਚ ਇੰਨੀ ਰਚ ਜਾਂਦੀ ਹੈ। ਫਿਰ ਐਂਡ 'ਚ ਜਦੋਂ ਅਸੀਂ ਐਗਜ਼ਿਟ ਕਰਨਾ ਹੁੰਦਾ ਅਤੇ ਉਹਦਾ ਬੜਾ ਇੱਕ ਇਮੋਸ਼ਨਲ ਸੀਨ ਹੈ ਮੈਡਮ ਭੰਗੂ ਉਹਨਾਂ ਦੇ ਨਾਲ, ਉਹਨਾਂ ਦੀ ਮਦਰ ਨਾਲ, ਕਿ ਵੀ ਮੇਰੇ ਤਾਂ ਮਾਂ ਬਾਪ ਨਹੀਂ ਸੀ ਪਰ ਮੈਨੂੰ ਇੱਥੇ ਆ ਕੇ ਮਹਿਸੂਸ ਹੋਇਆ। ਸੋ ਬੜਾ ਅੱਛਾ ਹੈ
ਸਾਰਾ ਸਾਰਾ ਜਿਹੜਾ ਕਰੈਕਟਰ ਸੀ ਉਹ ਮੈਨੂੰ ਬੜਾ ਅੱਛਾ ਲੱਗਾ ਸੀ ਜੀ। ਮੈਮ, ਪੰਜਾਬੀ ਇੰਡਸਟਰੀ ਹੁਣ ਇੰਨੀ ਗਰੋ ਕਰ ਗਈ ਆ ਕਿ ਹਰ ਮਹੀਨੇ ਹਰ ਹਫ਼ਤੇ ਨਵੇਂ ਤਜਰਬੇ ਸਾਹਮਣੇ ਆਉਂਦੇ ਨੇਗੇ, ਇਹ ਜਿਹੜਾ ਸਾਇੰਸ ਫਿਕਸ਼ਨ ਦਾ ਤਜਰਬਾ ਸੀਗਾ ਇਹ ਤੁਹਾਨੂੰ ਕਿੱਦਾਂ ਦਾ ਲੱਗਿਆ? ਬਹੁਤ ਅੱਛਾ ਹੈ ਕਿਉਂਕਿ ਇੱਕੋ ਲਾਈਨ ਦੇ ਉੱਤੇ ਤਕਰੀਬਨ ਫਿਲਮਾਂ ਬਣ ਰਹੀਆਂ ਨੇ, ਕੁਛ ਹੁਣ ਪਿੱਛੇ ਜੇ ਐਕਸਪੈਰੀਮੈਂਟਲ ਫਿਲਮਾਂ ਬਣੀਆਂ ਨੇ ਜਿਹੜੀਆਂ ਲੋਕਾਂ ਨੇ ਅਪਰੀਸ਼ੀਏਟ ਕੀਤੀਆਂ ਨੇ, ਉਹਦੇ ਵਿੱਚ ਸਾਇੰਸ 'ਚ ਕਿਸੇ ਨੇ ਕੰਮ ਨਹੀਂ ਕੀਤਾ ਸੀਗਾ ਕਿ ਟਾਈਮ ਟਰੈਵਲ ਦੇ ਉੱਤੇ ਜਾਂ ਇਸ ਤਰ੍ਹਾਂ ਜਿੱਦਾਂ ਅਸੀਂ ਛੋਟੇ ਹੁੰਦਿਆਂ ਕੈਪਟਨ ਵਾਓ ਜਾਂ ਸ਼ਕਤੀਮਾਨ ਦੇਖਦੇ ਸੀ। ਮੈਨੂੰ ਜਦੋਂ ਉਹਨਾਂ ਨੇ ਕਿਹਾ, ਮੈਂ ਕਿਹਾ ਉਹ ਅਸੀਂ ਵੀ ਕੈਪਟਨ ਵਾਓ ਵਾਂਗੂ ਜਹਾਜ਼ ਵਿੱਚ ਜਾਵਾਂਗੇ। ਯੂ ਨੋ ਇਟਸ ਸੋ ਐਕਸਾਈਟਿੰਗ ਕਿ ਤੁਸੀਂ ਕਿਸੇ ਬੰਦੇ ਨੂੰ ਦੱਸਦੇ ਹੋ ਕਿ ਟਾਈਮ ਟਰੈਵਲ, ਅਤੇ ਤੁਹਾਨੂੰ ਛੋਟੇ ਹੁੰਦੇ ਵਾਲੀਆਂ ਸਾਰੀਆਂ ਕਹਾਣੀਆਂ ਯਾਦ ਆ ਜਾਂਦੀਆਂ ਨੇ। ਸੋ ਮੈਂ ਬੜੀ ਐਕਸਾਈਟਿਡ ਸੀ ਫਿਲਮ ਨੂੰ ਲੈ ਕੇ, ਔਰ ਮੈਨੂੰ ਦੋਨੋਂ ਏਜਸ ਜੀਣ ਦਾ ਮੌਕਾ ਮਿਲਿਆ। 2018 ਅਸੀਂ ਜੀ ਰਹੇ ਹਾਂ, 1955 'ਚ ਜਾ ਕੇ ਤੁਹਾਨੂੰ ਕਿੰਨਾ ਚੰਗਾ ਲੱਗਦਾ ਕਿ ਹਜੇ ਕਿ ਉਹ ਸੈੱਟ ਸੀ, ਉਹ ਇਸੇ ਦੌਰ ਦੇ ਲੋਕ ਸੀ, ਪਰ ਤੁਹਾਨੂੰ ਲੱਗਦਾ ਸੀ ਕਿੰਨੀ ਸ਼ਾਂਤੀ, ਕਿੰਨੇ ਸਾਦਗੀ ਨਾਲ ਲੋਕ ਰਹਿੰਦੇ ਨੇ, ਔਰ ਜਦੋਂ ਅਸਲ 1955 ਹੋਏਗਾ ਕਿੰਨੀ ਸ਼ਾਂਤੀ ਔਰ ਕਿੰਨੀ ਨੋਨ ਕੰਪਲੀਕੇਟਿਡ ਜ਼ਿੰਦਗੀ ਹੋਏਗੀ ਲੋਕਾਂ ਦੀ। 1955 ਦੀ ਕੋਈ ਐਸੀ ਗੱਲ ਜਿਹੜੀ ਤੁਸੀਂ 2018 'ਚ ਵੀ ਨਾਲ ਲੈ ਕੇ ਆਉਣੀ ਚਾਹੁੰਦੇ ਹੋਵੋ? ਮੈਂ ਉਹਦੇ ਵਿੱਚ ਇੱਕ ਉਹ ਡਾਇਲੋਗ ਵੀ ਹੈ ਮੇਰਾ ਵੀ ਤੁਹਾਡੇ, ਤੁਸੀਂ ਜਿੰਨਾ ਮੋਹ ਜਿੰਨਾ ਪਿਆਰ, ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇੰਨਾ ਅਹਿਸਾਸ ਹੁੰਦਾ, ਉਹ ਜਿੰਨਾ ਪਿਆਰ ਲੋਕ ਉੱਥੇ ਤੁਹਾਨੂੰ ਦਿੰਦੇ ਨੇ ਉਸ ਪਿੰਡ ਦੇ ਵਿੱਚ, ਉਹ ਸਾਰਿਆਂ ਦੇ ਲਈ ਬੜਾ ਸਾਂਭਣ ਵਾਲਾ ਹੁੰਦਾ ਹੈ। ਉਹ ਮੈਨੂੰ ਲੱਗਦਾ ਕਿ ਉਹ ਮਤਲਬ ਬੜਾ ਸਟਰੋਂਗ ਸੀਗਾ। ਹੁਣ ਲੱਸੀ ਅਤੇ ਰੋਟੀਆਂ ਨਹੀਂ ਲਿਆ ਸਕਦੇ ਸੀ ਉਹ ਤੇ, ਚਲੋ ਹਲੇ ਵੀ ਅਸੀਂ ਉਹ ਨਹੀਂ ਸੀ ਸਕਦੇ ਨਾ, ਪਤਾ ਨਹੀਂ ਸੀ ਟਾਈਮ ਟਰੈਵਲ ਦੇ ਵਿੱਚ ਕਿੱਥੇ ਕਿੱਲਰ ਜਾਣਗੀਆਂ। ਉਹ ਤੇ ਲੋੜਨੇ, ਚਲੋ ਚਾਟੀਆਂ ਮਧਾਣੀਆਂ ਨਹੀਂ ਰਹੀਆਂ ਤਾਂ ਫਿਰ ਵੀ ਅਸੀਂ ਹੈਂਡੀ ਮਿਕਸ ਦੇ ਨਾਲ ਲੱਸੀਆਂ ਫਿਰ ਕਦੇ ਪੀ ਲੈਂਦੇ ਹਾਂ। ਮੈਮ, ਸਟਾਰਕਾਸਟ ਦੇ ਨਾਲ ਤੁਸੀਂ ਇੰਨਾ ਟਾਈਮ ਹੋ ਗਿਆ ਇੰਡਸਟਰੀ ਦੇ ਵਿੱਚ ਰਹਿੰਦਿਆਂ ਨੂੰ, ਅਤੇ ਇਹਨਾਂ ਨਾਲ ਤੁਸੀਂ ਪਹਿਲਾਂ ਵੀ ਵਿਚਰਦੇ ਹੋ, ਪਰ ਜਿਹੜਾ ਇਹ ਫਿਲਮ ਸ਼ੂਟ ਕਰਨ ਲੱਗਿਆ ਤੁਹਾਡਾ ਐਕਸਪੀਰੀਅੰਸ ਸੀਗਾ ਬੇਅੰਤ ਸ਼ਰਮਾ ਹੋਰਾਂ ਦੇ ਨਾਲ, ਗੁਰਪ੍ਰੀਤ ਭੰਗੂ ਹੋਰਾਂ ਦੇ ਨਾਲ, ਮਹਾਵੀਰ ਭੁੱਲਰ ਜੀ ਨੇ, ਗੁਰਪ੍ਰੀਤ ਘੁੱਗੀ ਜੀ ਨੇ, ਇਹ ਸਾਰਾ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ, ਕਿਉਂਕਿ ਟਾਲੀਵੁੱਡ ਦੀ ਵੀ ਇੱਕ ਐਕਟਰੈਸ ਇਸ ਫਿਲਮ ਦੇ ਵਿੱਚ ਕੰਮ ਕਰ ਰਹੀ ਹੈ? ਬਹੁਤ ਹੀ ਅੱਛਾ, ਕਿਉਂਕਿ ਇਹ ਸਾਰੇ ਬੜੇ ਤਜਰਬੇਕਾਰ ਨੇ, ਪੂਰੀ ਉਮਰ ਹੋ ਗਈ ਇਹਨਾਂ ਦੀ ਫਿਲਮਾਂ ਦੇ ਵਿੱਚ ਐਕਟਿੰਗ, ਮੈਂ ਐਕਟਿੰਗ ਜ਼ਿਆਦਾ ਨਹੀਂ ਕੀਤੀ, ਸੋ ਤੁਹਾਨੂੰ ਸਿੱਖਣ ਨੂੰ ਬੜਾ ਕੁਛ ਹੈ ਐਜ਼ ਐਨ ਐਕਟਰਸ, ਤੁਹਾਨੂੰ ਸਿੱਖਣ ਨੂੰ ਬਹੁਤ ਕੁਛ ਮਿਲਦਾ। ਬਹੁਤ ਸਾਰੀਆਂ ਕਮੀਆਂ ਰਹਿ ਜਾਣਗੀਆਂ ਫਿਲਮ ਦੇ ਵਿੱਚ, ਮੈਨੂੰ ਆਪਣੇ ਪੱਖ ਤੋਂ ਲੱਗੇਗਾ ਸ਼ਾਇਦ, ਲੇਕਿਨ ਤੁਸੀਂ ਐਜ਼ ਸੀਨੀਅਰਸ ਨੂੰ ਵੇਖ ਕੇ ਜਾਂ ਉਹਨਾਂ ਦਾ ਕਿਰਦਾਰ ਨਿਭਾਉਣ ਦਾ ਤਰੀਕਾ ਵੇਖ ਕੇ ਤੁਹਾਨੂੰ ਆਪਣੇ ਆਪ ਨੂੰ ਸਿੱਖਣ ਨੂੰ ਬਹੁਤ ਮਿਲਦਾ। ਤਜਰਬਾ ਵੱਡੀ ਚੀਜ਼ ਹੁੰਦਾ, ਕੋਈ ਵੀ ਕੰਮ ਅਸੀਂ ਬਾਰ ਬਾਰ ਕਰਦੇ ਹਾਂ ਤਾਂ ਉਹਦੇ 'ਚ ਇੰਪਰੂਵਮੈਂਟ ਦੇ ਚਾਂਸਿਸ ਹਮੇਸ਼ਾ ਹੀ ਜ਼ਿਆਦਾ ਹੁੰਦੇ ਨੇ। ਸੋ ਆਪਣੇ ਆਪ 'ਚ ਸਾਰੇ, ਮਤਲਬ ਮੱਖਣਾ ਭਾਅ ਜੀ ਵਾਸ ਸੋ ਗੁੱਡ, ਇਜ਼ ਅ ਕਮਾਲ ਦੇ ਐਕਟਰ ਨੇ ਉਹ, ਮਤਲਬ ਉਹ ਡਾਇਲੋਗ ਵੀ ਬੋਲਦੇ ਨੇ ਅਤੇ ਕਹਿੰਦੇ ਨੇ, ਮਤਲਬ ਇੱਦਾਂ ਹਿੱਕ 'ਚ ਠਾਹ ਕਰਕੇ ਲੱਗ ਜਾਂਦਾ ਉਹਨਾਂ ਦਾ ਹਰ ਡਾਇਲੋਗ। ਮਹਾਂਵੀਰ ਭੁੱਲਰ ਜੀ, ਮੈਡਮ ਪੰਗੂ, ਘੁੱਗੀ ਭਾਅ ਜੀ, ਬੀ ਐਨ ਸ਼ਰਮਾ ਜੀ, ਸੋ ਤੁਹਾਨੂੰ ਲੱਗਦਾ ਕਿ ਤੁਸੀਂ ਜਿੱਦਾਂ ਕੋਈ ਵਰਕਸ਼ਾਪ ਲਾ ਰਹੇ ਹੋ ਐਕਟਿੰਗ ਦੀ, ਤੁਹਾਨੂੰ ਉਨਾ ਤਜਰਬਾ ਹੋ ਜਾਂਦਾ ਜਿੰਨਾ ਤੁਸੀਂ ਡਿਪਲੋਮਾ ਕਰਕੇ ਕਰਦੇ ਹੋ ਐਕਟਿੰਗ ਦਾ ਜੀ। ਚਾਹੇ ਤੁਸੀਂ ਆਪਣੇ ਕੰਮ ਨੂੰ ਲੈ ਕੇ ਬਹੁਤ ਜ਼ਿਆਦਾ ਚੂਜ਼ੀ ਹੋ, ਹੁਣ ਤੱਕ ਜੋ ਵੀ ਤੁਸੀਂ ਕੰਮ ਕੀਤਾ ਆਪਣੀ ਮਰਜ਼ੀ ਨਾਲ ਕੀਤਾ, ਆਪਣੇ ਰੁਤਬੇ ਦੇ ਅਨੁਸਾਰ ਕੀਤਾ, ਅੱਗੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਅਸੀਂ ਤੁਹਾਨੂੰ ਹੋਰ ਦੇਖ ਸਕਦੇ ਹਾਂ ਜਾਂ ਕੀ ਸੰਭਾਵਨਾਵਾਂ ਤੁਹਾਨੂੰ ਇਸ ਤੋਂ ਅੱਗੇ ਲੱਗਦੀਆਂ ਨੇ? ਦੇਖੋ, ਫਿਲਮ ਤੋਂ ਬਾਅਦ ਪਤਾ ਲੱਗੇਗਾ ਕੀ ਸੰਭਾਵਨਾਵਾਂ ਨੇ। ਮੈਂ ਓਪਨ ਹਾਂ ਕਿਉਂਕਿ ਇਸੇ ਕਰਕੇ ਫਿਲਮ ਕੀਤੀ ਹੈ ਕਿ ਅੱਛੇ ਰੋਲਸ ਜਿਹੜੇ ਮੈਨੂੰ ਮੇਰੇ ਇਮੇਜ ਦੇ ਮੁਤਾਬਕ, ਮੇਰੇ ਸਟਾਈਲ ਦੇ ਮੁਤਾਬਕ ਮੈਨੂੰ ਠੀਕ ਲੱਗਣਗੇ ਤਾਂ ਮੈਂ ਜ਼ਰੂਰ ਕਰਾਂਗੀ। ਤੁਹਾਡਾ ਸਫ਼ਰ ਜਿਹੜਾ ਹੋ ਰਿਹਾ, ਤੁਸੀਂ ਪੰਜਾਬ ਆਰਟਸ ਕਾਊਂਸਲ ਵੱਲ ਵੀ ਗਏ, ਤੁਸੀਂ ਇੱਕ ਆਰਟਿਸਟ ਵੀ ਹੋ, ਤੁਸੀਂ ਇੱਕ ਐਂਕਰ ਵੀ ਹੋ, ਸਿੰਗਰ ਵੀ ਹੋ ਤੁਸੀਂ, ਅਤੇ ਹੁਣ ਤੱਕ ਦਾ ਪੂਰਾ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਕਿ ਸਤਿੰਦਰ ਸੱਤੀ, ਕਿਉਂਕਿ ਬਹੁਤ ਸਾਰੇ ਲੋਕ ਨੇ ਅੱਜ ਕੱਲ੍ਹ ਦੱਸਣਾ ਨਹੀਂ ਪੈਂਦਾ ਕਿ ਸਤਿੰਦਰ ਸੱਤੀ ਕੌਣ ਹੈ, ਹੈ ਨਾ, ਸਾਰੇ ਜਾਣਦੇ ਨੇਗੇ ਅਸੀਂ, ਸਾਡੇ ਤੋਂ ਵੱਡੇ ਨੇ ਜਿਹੜੇ ਜਾਂ ਸਾਡੇ ਤੋਂ ਛੋਟੇ ਵੀ ਆ ਰਹੇ ਨੇਗੇ ਉਹ ਵੀ ਸਤਿੰਦਰ ਸੱਤੀ ਦਾ ਨਾਮ ਬਖੂਬੀ ਜਾਣਦੇ ਨੇਗੇ। ਤੁਸੀਂ ਕਦੇ ਆਪਣੇ ਆਪ ਬਾਰੇ ਸੋਚਿਆ ਕਿ ਮੈਂ ਕਿੱਥੇ ਹਾਂ ਜਾਂ ਮੇਰਾ ਕੀ ਰੁਤਬਾ ਹੈ ਇਸ ਵੇਲੇ? ਦੇਖੋ, ਮੈਨੂੰ ਇਹ ਲੱਗਦਾ ਕਿ ਇਨਸਾਨ ਨੂੰ ਬਹੁਤ ਜ਼ਿਆਦਾ ਨਹੀਂ ਸੋਚਣਾ ਚਾਹੀਦਾ, ਜ਼ਿੰਦਗੀ ਇੱਕ ਹੀ ਮਿਲੀ ਹੈ ਅਤੇ ਉਹਨੂੰ ਜੀ ਲੈਣਾ ਬੜਾ ਇੰਪੋਰਟੈਂਟ ਹੈ। ਮੈਂ ਹਰ ਪਲ ਨੂੰ ਜੀ ਕੇ, ਮਾਣ ਕੇ, ਹੰਢਾਉਣ ਦੇ ਵਿੱਚ ਯਕੀਨ ਰੱਖਦੀ ਹਾਂ। ਜੋ ਸੀ ਉਹ ਵੀ ਬਹੁਤ ਅੱਛਾ ਸੀ, ਜੋ ਹੈ ਉਹ ਵੀ ਬੜਾ ਅੱਛਾ ਹੈ, ਜੋ ਮਾਲਕ ਆਉਣ ਵਾਲੇ ਸਮੇਂ 'ਚ ਕਰੇਗਾ ਉਹ ਵੀ ਬੜਾ ਅੱਛਾ ਹੈ, ਕਿਉਂਕਿ ਪਲੈਨਿੰਗਸ ਇਹ ਕਿਹੜਾ ਦੁਬਾਰਾ ਜੀ ਲੈਣਾ ਅਸੀਂ। ਸੋ ਜੋ ਅੱਜ ਜੋ ਹੈ, ਅੱਜ ਉਸਨੇ ਮੈਨੂੰ ਇਹ ਮੁਕਾਮ ਦਿੱਤਾ ਹੋਇਆ, ਅੱਜ ਲੋਕ ਮੁਹੱਬਤ ਕਰਦੇ ਨੇ, ਕੰਮ ਕਰ ਰਹੇ ਹਾਂ, ਇਹੋ ਹੀ ਸੱਚ ਹੈ। ਬਾਕੀ ਤਾਂ ਕੱਲ੍ਹ ਤਾਂ ਸਮਾਂ ਹੀ, ਮਤਲਬ ਚਾਏ ਕੇ ਪਿਆਲੇ ਸੇ ਲਵੋ ਤੱਕ ਕੀ ਕਾ ਫਾਸਲਾ ਹੈ ਜ਼ਿੰਦਗੀ,
ਸੋ ਜ਼ਿੰਦਗੀ ਆਪਣੇ ਆਪ 'ਚ ਰੋਜ਼ ਹੀ ਘੱਟਦੀ ਜਾ ਰਹੀ ਹੈ, ਬੜੇ ਹੱਥਾਂ ਨਾਲ ਰੇਤ ਵਾਂਗੂ ਤਿਲਕਦੀ ਜਾਂਦੀ। ਸੋ ਮੈਂ ਯਕੀਨ ਕਰਦੀ ਹਾਂ ਕਿ ਜੋ ਵੀ ਤੁਸੀਂ ਕਰੋ, ਅੱਜ ਜੋ ਕਰ ਰਹੇ ਹੋ ਉਸਨੂੰ ਮੰਨਣਾ ਬਹੁਤ ਜ਼ਰੂਰੀ ਹੈ। ਬਹੁਤੇ ਲੋਕਾਂ ਦੀ ਕੀ ਪ੍ਰੋਬਲਮ ਹੋ ਗਈ ਹੈ, ਮੈਂ ਇੱਕ ਆਪਣਾ ਯੂਟਿਊਬ ਦੇ ਉੱਤੇ ਇੱਕ ਸੀਰੀਜ਼ ਵੀ ਸ਼ੁਰੂ ਕੀਤੀ ਹੈ ਮੋਟੀਵੇਸ਼ਨਲ ਵੀਡੀਓਜ਼ ਦੀ, ਕਿਉਂਕਿ ਮੈਂ ਇਹ ਮਹਿਸੂਸ ਕਰਦੀ ਸੀ ਕਿ ਸਾਡੀ ਪੰਜਾਬੀ ਜ਼ੁਬਾਨ 'ਚ ਇੰਸਪੀਰੇਸ਼ਨਲ ਵੀਡੀਓਜ਼ ਹੀ ਨਹੀਂ ਹੈਗੀਆਂ। ਮੈਂ ਆਪ ਇੰਗਲਿਸ਼ ਦੀਆਂ ਬਹੁਤ ਸਾਰੀਆਂ, ਮੈਨੂੰ ਲੱਗਦਾ ਸੀ ਬਹੁਤ ਸਾਰੇ ਲੋਕ ਨਹੀਂ ਇੰਗਲਿਸ਼ ਜਾਣਦੇ ਜਾਂ ਹਿੰਦੀ ਨਹੀਂ ਜਾਣਦੇ, ਜੋ ਉਹਨਾਂ ਲਈ ਜਿਹੜੀ ਗੱਲ ਤੁਹਾਡੀ ਜ਼ੁਬਾਨ 'ਚ ਕਹੀ ਜਾਵੇ ਉਹਦਾ ਅਸਰ ਹੀ ਕੁਛ ਹੋਰ ਹੁੰਦਾ। ਅਤੇ ਮੈਂ ਉਹ ਵੈਸੇ ਨਿਊ ਈਅਰ 'ਤੇ ਇੱਕ ਵੀਡੀਓ ਕੀਤੀ ਸੀ, ਉਹ ਬੜੀ ਵਾਇਰਲ ਹੋਈ, ਅਤੇ ਉਸ ਤੋਂ ਬਾਅਦ ਫਿਰ ਮੈਨੂੰ ਸਾਰਿਆਂ ਨੇ ਕਿਹਾ ਕਿ ਤੁਸੀਂ ਵੀਡੀਓ ਕਰਿਆ ਕਰੋ, ਸਾਡਾ ਇਹ ਲਾਈਫ ਚੇਂਜ ਹੋ ਗਈ, ਇਹ ਲਾਈਫ ਚੇਂਜ ਹੋ ਗਈ। ਅਤੇ ਮੈਨੂੰ ਲੱਗਾ ਕਿ ਇਹ ਵੀ ਮੇਰੀ ਇੱਕ ਜ਼ਿੰਮੇਵਾਰੀ, ਇਹ ਵੀ ਕਰ ਦੇਵਾਂ। ਉਹਦੇ 'ਚ ਇਹ ਹੈ ਕਿ ਕਈ ਵਾਰ ਤੁਸੀਂ ਸਕਸੈਸ ਜਾਂ ਸਫਲਤਾ ਜਾਂ ਖੁਸ਼ੀਆਂ ਦੇ ਮਗਰ ਭੱਜਦੇ ਭੱਜਦੇ ਜੋ ਹੁੰਦਾ ਹੈ ਉਹਨੂੰ ਹਟਾਉਂਦੇ ਨਹੀਂ। ਤੁਹਾਨੂੰ ਰੱਬ ਨੇ ਇੱਕ ਅੱਛਾ ਘਰ ਦੇ ਦਿੱਤਾ ਹੈ 3 ਕਮਰਿਆਂ ਦਾ, ਤੁਹਾਨੂੰ ਇਹ ਲੱਗਦਾ ਰਹਿੰਦਾ ਯਾਰ ਕੋਠੀ ਹੋਣੀ ਚਾਹੀਦੀ ਕਨਾਲ ਦੀ। ਉਹ ਜਿਹੜਾ 3 ਕਮਰਿਆਂ ਦਾ ਘਰ ਲੈਣ ਦੀ ਖੁਸ਼ੀ ਹੈ ਉਹ ਬਹੁਤ ਸਾਡੀ ਸਾਰਿਆਂ ਦਾ ਲਾਈਫ ਪੈਟਰਨ ਇਸ ਤਰ੍ਹਾਂ ਦਾ, ਜੋ ਨਹੀਂ ਹੈ ਉਹਦੇ ਪਿੱਛੇ ਭੱਜ ਰਿਹਾ, ਜੋ ਹੈ ਉਸਨੂੰ ਹੰਢਾ ਹੀ ਨਹੀਂ ਰਹੇ। ਸੋ ਮੈਂ ਇਸੇ ਗੱਲ 'ਚ ਬੜੀ ਖੁਸ਼ ਹਾਂ ਕਿ ਅੱਜ ਦੇ ਸਮੇਂ 'ਚ ਜੋ ਮਾਲਕ ਨੇ ਦਿੱਤਾ ਹੈ ਆਨੰਦ ਅਵਸਥਾ 'ਚ। ਜੀ ਬਹੁਤ ਖੂਬ, ਬਹੁਤ ਖੂਬ। ਇਸੇ ਕਰਕੇ ਤੁਸੀਂ ਸਤਿੰਦਰ ਸੱਤੀ ਹੋ ਅਤੇ ਅਸੀਂ ਹਲੇ ਬਿਗਨਰ 'ਤੇ ਲੜਨਾ ਹੈ ਨਾ, ਅਤੇ ਹਰ ਇਨਸਾਨ ਕਿੱਧਰੋਂ ਨਾ ਕਿੱਧਰੋਂ ਸ਼ੁਰੂ ਹੁੰਦਾ। ਜੀ ਮੈਮ, ਮੈਂ ਬਹੁਤ ਬੋਝ ਬੋਝ ਕੇ ਗੱਲਾਂ ਕਰ ਰਹੀ ਹਾਂ ਕਿ ਮੈਂ ਬਚਾ ਕੇ ਰੱਖਣਾ ਚਾਹੁੰਦੀ ਹਾਂ ਕਿ ਅਗਲੀ ਤੁਹਾਡੀ ਮੁਲਾਕਾਤ ਦੇ ਵਿੱਚ ਆਪਾਂ ਉਹ ਗੱਲਾਂ ਕਰਾਂਗੇ, ਪਰ ਇੱਕ ਸਵਾਲ ਆ ਜਿਹੜਾ ਜ਼ਰੂਰ ਫਿਲਮ ਤੋਂ ਹਟ ਕੇ ਹੈ। ਇਸ ਵੇਲੇ ਜਦੋਂ ਅਸੀਂ ਪੰਜਾਬੀ ਪੱਤਰਕਾਰੀ ਨੂੰ ਦੇਖਦੇ ਹਾਂ ਜਾਂ ਸਟੇਜ ਦੇ ਉੱਪਰ ਕੋਈ ਐਂਕਰ ਜਾ ਕੇ ਚਾਹੇ ਪੰਜਾਬੀ ਦੇ ਵਿੱਚ ਵੀ ਬੋਲਦਾ ਹੈ, ਪਰ ਉਹਦੇ ਵਿੱਚ ਵੀ ਹਿੰਦੀ ਇੰਗਲਿਸ਼ ਆ ਰਲ ਗਿਆ, ਅਸੀਂ ਵੀ ਜਦੋਂ ਗੱਲ ਕਰਦੇ ਹਾਂ ਬਹੁਤੇ ਸ਼ਬਦ ਆ ਜਿਹੜੇ ਸਾਨੂੰ ਪਤਾ ਹੀ ਨਹੀਂ ਹੁੰਦਾ, ਉਹ ਇੰਨਾ ਕੁ ਸਾਡੇ ਜ਼ਿਹਨ 'ਚ ਵੱਸ ਗਏ ਨੇਗੇ ਕਿ ਇਹਨੂੰ ਇਹੀ ਕਿਹਾ ਜਾਂਦਾ, ਉਹਦਾ ਜੋ ਪੰਜਾਬੀ ਤਰਜਮਾ ਉਹ ਸਾਨੂੰ ਪਤਾ ਹੀ ਨਹੀਂ ਹੁੰਦਾ ਕਿਹਦਾ। ਤੁਸੀਂ ਇਹਨਾਂ ਚੀਜ਼ਾਂ ਨੂੰ ਓਬਜ਼ਰਵ ਕਰਦੇ ਹੋ, ਤੁਹਾਡੀ ਕੀ ਸੋਚ ਆ? ਦੇਖੋ ਜਦੋਂ ਤੁਸੀਂ ਖੂਬਸੂਰਤੀ ਅਤੇ ਓਰਿਜਨੈਲਿਟੀ 'ਚ ਹੈ ਨਾ, ਜਦੋਂ ਹਿੰਦੀ ਬੋਲੋ ਤਾਂ ਫਿਰ ਉਹ ਹਿੰਦੀ ਬੋਲੋ, ਜਦੋਂ ਅੰਗਰੇਜ਼ੀ ਬੋਲੋ ਤਾਂ ਫਿਰ ਉਹ ਅੰਗਰੇਜ਼ੀ ਲੱਗਣੀ ਚਾਹੀਦੀ ਹੈ, ਜਦੋਂ ਪੰਜਾਬੀ ਬੋਲੋ ਤਾਂ ਉਹ 'ਚ ਪੰਜਾਬੀਅਤ ਦੀ ਮਹਿਕ ਆਉਣੀ ਚਾਹੀਦੀ ਹੈ। ਮੈਂ ਬਿਲੀਵ ਕਰਦੀ ਹਾਂ ਕਿ ਹੁਣ ਇੱਕ ਗੁਲਾਬ ਨੂੰ ਇੱਕ ਕਮਲ ਦੀ ਪੰਖੜੀ ਲਾ ਦਿਉ, ਨਾਲ ਉਹਦੇ ਕੋਈ ਹੋਰ ਲਿੱਲੀ ਲਾ ਦਿਉ ਜਾਂ ਕੋਈ ਅੰਬ ਦਾ ਪੱਤਾ ਲਾ ਦਿਉ, ਤਾਂ ਫਿਰ ਉਹ ਗੁਲਾਬ ਨਹੀਂ ਰਹਿੰਦਾ। ਗੁਲਾਬ ਤਾਂ ਇਸ ਕਰਕੇ ਗੁਲਾਬ ਹੈ ਕਿਉਂਕਿ ਉਹ ਗੁਲਾਬ ਹੀ ਹੈ। ਸੋ ਮੈਨੂੰ ਇਹ ਲੱਗਦਾ ਕਿ ਐਕਸਪੈਰੀਮੈਂਟ ਕੋਈ ਮਾੜਾ ਨਹੀਂ ਹੈ, ਬਟ ਸ਼ਾਇਦ ਕਿਧਰੇ ਨਾ ਕਿਧਰੇ ਸਾਨੂੰ ਓਰਿਜਨੈਲਿਟੀ ਵੀ ਬਚਾ ਕੇ ਰੱਖਣੀ ਚਾਹੀਦੀ ਹੈ। ਇਹ ਸ਼ਾਇਦ ਅੱਜ ਕੱਲ੍ਹ ਦੇ ਬੱਚੇ ਬਹੁਤ ਜ਼ਿਆਦਾ ਕਰ ਰਹੇ ਨੇ, ਮਤਲਬ ਅੱਜ ਕੱਲ੍ਹ ਦੀ ਜਿਹੜੀ ਸਟ੍ਰੀਮ ਹੈ ਉਹਨਾਂ ਨੂੰ ਲੱਗਦਾ ਸ਼ਾਇਦ ਬਾਇਲੈਂਗੁਅਲ ਜਾਂ ਟ੍ਰਾਈਲੈਂਗੁਅਲ ਨਾਲ ਸ਼ਾਇਦ ਲੋਕਾਂ ਨੂੰ ਸਮਝ ਨਹੀਂ ਆਏਗੀ, ਪਰ ਜੇ ਸਮਝ ਮੇਰੀ ਵੀ ਉਹਨਾਂ ਨੂੰ ਆਉਂਦੀ ਹੈ ਤਾਂ ਫਿਰ ਸਾਰਿਆਂ ਦੀ ਆ ਸਕਦੀ ਹੈ। ਬਿਲਕੁਲ ਬਿਲਕੁਲ। ਸੋ ਬਹੁਤ ਖੂਬਸੂਰਤ ਜਵਾਬ ਇਹਨਾਂ ਨੇ ਦਿੱਤਾ, ਅਤੇ ਅੱਜ ਮੈਂ ਸਿਰਫ ਇੰਨੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਚਾਹੂੰਗੀ, ਅਤੇ ਉਮੀਦ ਹੈ ਕਿ ਤੁਸੀਂ ਸਾਡੇ ਲਈ ਟਾਈਮ ਕੱਢੋਗੇ ਅਤੇ ਫਿਰ ਆਪਾਂ ਦਰਸ਼ਕਾਂ ਦੇ ਮੁਕਾਤੇ ਫੋਵਾਂਗੇ ਅਤੇ ਬੈਠ ਕੇ ਬਿਲਕੁਲ ਬਿਲਕੁਲ ਤੁਹਾਡੇ ਦਿਲ ਦੀਆਂ ਸਾਰੀਆਂ ਗੱਲਾਂ, ਬਿਲਕੁਲ ਤੁਹਾਡੇ ਦਿਲ ਦੀਆਂ ਅਸੀਂ ਜਾਣਾਂਗੇ ਅਤੇ ਸਾਡੇ ਦਿਲ ਦੀਆਂ ਆਪਾਂ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ। ਅਤੇ ਮੈਂ ਚਾਹੂੰਗੀ ਕਿ ਜਾਂਦੇ ਜਾਂਦੇ 11 ਮਈ ਨੂੰ ਜਿਹੜੀ ਤੁਹਾਡੀ ਫਿਲਮ ਆ ਰਹੀ ਹੈ ਰੇਡੂਆ, ਇੱਕ ਤਾਂ ਤੁਸੀਂ ਇਹਦੇ ਵਾਸਤੇ ਦਰਸ਼ਕਾਂ ਨੂੰ ਕਹਿ ਕੇ ਜਾਓ ਕਿ ਕਿਉਂ ਵੇਖਣ ਜਾਂ ਆਪਣਾ ਟਾਈਮ ਕੱਢਣ, ਅਤੇ ਜ਼ਰੂਰ ਹੋ ਜਾਣ ਦੋ ਗੱਲਾਂ। ਦੇਖੋ ਫਿਲਮ ਇੱਕ ਤਾਂ ਬੜੀ ਖੂਬਸੂਰਤ ਡਿਫਰੈਂਟ ਵਿਸ਼ੇ 'ਤੇ ਬਣੀ ਹੋਈ ਹੈ, ਟਾਈਮ ਮਸ਼ੀਨ ਹੈ, ਤੁਸੀਂ ਵੇਖੋਗੇ ਕਿ ਕਿਵੇਂ ਉਹ ਇੱਕ ਸਦੀ ਤੋਂ ਦੂਸਰੀ ਸਦੀ ਦੇ ਵਿੱਚ ਟਰੈਵਲ ਕਰਦੇ ਨੇ, ਮਤਲਬ ਕੁਛ ਜਿਹੜੇ ਸਾਲ ਨੇ, ਪਰ ਉਹਦੇ ਨਾਲ ਨਾਲ ਹੀ ਖੂਬਸੂਰਤੀ ਇਹ ਹੈ ਕਿ ਤੁਹਾਨੂੰ ਅਗਰ ਤੁਸੀਂ ਕਿਸੇ ਦੇ ਘਰ ਪ੍ਰਾਹੁਣੇ ਚਲੇ ਜਾਓ ਔਰ ਉਹ ਬੰਦੇ ਤੁਹਾਨੂੰ ਜਾਣਦੇ ਨਾ ਹੋਣ ਅਤੇ ਕਿੱਦਾਂ ਦਾ ਬਿਹੇਵ ਕਰਦਾ ਹੈ, ਤੁਹਾਨੂੰ ਉਹ ਆਪਣੇ ਆਪ ਨੂੰ ਅਹਿਸਾਸ ਹੋਏਗਾ ਕਿਉਂਕਿ ਹਰ ਕਰੈਕਟਰ ਦੇ ਨਾਲ ਤੁਸੀਂ ਕਨੈਕਟ ਕਰੋਗੇ। ਫਿਲਮ ਜਿਹੜੀ ਹੈ ਫੁੱਲ ਫੈਮਿਲੀ ਐਂਟਰਟੇਨਮੈਂਟ ਹੈ, ਕਾਮੇਡੀ ਕਾਮੇਡੀ ਐਂਡ ਕਾਮੇਡੀ ਔਰ ਸਿਚੁਏਸ਼ਨਲ ਕਾਮੇਡੀ ਹੈ ਜਿਹੜੀ ਆਮ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਹੁੰਦੀ ਹੈ। ਜਿਸ ਤਰ੍ਹਾਂ ਉਹਦੇ ਵਿੱਚ ਮੇਰਾ ਇੱਕ ਡਾਇਲੋਗ ਹੈ ਕੁੜੀ ਦੇ ਨਾਲ ਕਿ ਉਹ ਕਹਿੰਦੀ ਮੇਰਾ ਵਿਆਹ ਹੋਣ ਵਾਲਾ, ਅਤੇ ਮੈਂ ਉਹਨੂੰ ਕਹਿੰਦੀ ਹਾਂ ਕੋਈ ਆਪਣੇ ਘਰ ਵਾਲੇ ਦੀ ਫੋਟੋ ਵਿਖਾ, ਕਹਿੰਦੀ ਫੋਟੋ ਉਹ ਕਿੱਥੇ ਹੈ ਫੋਟੋ, ਮੈਂ ਕਿਹਾ ਕੋਈ ਵਟਸਐਪ 'ਤੇ ਡੀਪੀ ਡੁਪੀ ਲੱਗੀ ਨਹੀਂ, ਕਹਿੰਦੀ ਵਟਸਐਪ ਉਹ ਕੀ ਹੁੰਦਾ ਹੈ। ਸੋ ਮਤਲਬ ਇਟਸ ਵੈਰੀ ਨੋਰਮਲ ਥਿੰਗਸ ਜਿਹੜੀਆਂ ਆਪਾਂ ਆਮ ਜ਼ਿੰਦਗੀ 'ਚ ਕਰਦੇ ਹਾਂ, ਪਰ ਉੱਥੇ ਜਾ ਕੇ ਤੁਸੀਂ ਕੋਕ ਮੰਗਦੇ ਹੋ, ਉੱਥੇ ਜਾ ਕੇ ਤੁਸੀਂ ਬਰਾਊਨ ਬ੍ਰੈਡ ਮੰਗਦੇ ਹੋ, ਜਿਹੜੀ ਤੁਹਾਨੂੰ ਲੱਗਦਾ ਵੀ ਇਹਨਾਂ ਲੋਕਾਂ ਨੂੰ ਬਰਾਊਨ ਬ੍ਰੈਡ ਤਾਂ ਨਹੀਂ ਪਤਾ, ਇਹਨਾਂ ਨੂੰ ਤੁਸੀਂ ਭੁੱਲ ਜਾਂਦੇ ਹੋ ਵੀ ਤੁਸੀਂ 1955 'ਚੋਂ ਬੜੀ ਵਾਰ। ਸੋ ਇਹੋ ਜਿਹੇ ਛੋਟੇ ਛੋਟੇ ਇੰਸੀਡੈਂਟਸ ਨੇ ਜਿਹੜੇ ਤੁਹਾਨੂੰ ਅੱਛੇ ਲੱਗਣਗੇ, ਔਰ ਮੈਨੂੰ ਪੂਰੀ ਉਮੀਦ ਹੈ ਜੀ ਬੜੀ ਮਿਹਨਤ ਕੀਤੀ ਹੈ ਸਾਰਿਆਂ ਨੇ। ਸੋ ਸਾਰਿਆਂ ਨੇ ਜਾਣਾ ਜੀ 11 ਮਈ ਨੂੰ ਆਪਣੇ ਲਾਗੇ ਦੇ ਸਿਨੇਮੇ ਘਰਾਂ 'ਚ।
ਤੇ ਸਾਡੇ ਵੱਲੋਂ ਵੀ ਤੁਹਾਨੂੰ ਵਿਸ਼ ਗੁੱਡ ਲੱਕ ਥੈਂਕ ਯੂ ਕਿ ਇਹ ਫਿਲਮ ਤੁਹਾਡੇ ਲਈ ਪੰਜਾਬੀ ਇੰਡਸਟਰੀ ਦੇ ਵਿੱਚ ਹੋਰ ਨਵੇਂ ਮੌਕੇ ਲੈ ਕੇ ਆਵੇ, ਥੈਂਕ ਯੂ। ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਅਸੀਂ ਸਤਿੰਦਰ ਸੱਤੀ ਨੂੰ ਅਦਾਕਾਰੀ ਕਰਦੇ ਹੋਏ ਵੇਖੀਏ, ਅਤੇ ਨਾਲੇ ਇਹ ਫਿਲਮ ਸਾਨੂੰ ਇਹ ਵੀ ਦੱਸ ਕੇ ਜਾਊਗੀ ਕਿ ਅਸੀਂ ਕਿੰਨਾ ਕੁ ਅੱਗੇ ਨਿਕਲੇ ਆਏ ਹਾਂ, ਪੰਜਾਬੀ ਜਿਹੜਾ ਸਾਡਾ ਕਲਚਰ ਆ ਜਾਂ ਸਾਡਾ ਸੱਭਿਆਚਾਰ ਆ ਉਹ ਕਿੰਨਾ ਕੁ ਵੈਸਟਰਨਾਈਜ਼ ਅਤੇ ਕਿੰਨਾ ਕੁ ਮਾਡਰਨ ਹੋ ਚੁੱਕਿਆ। ਸੋ ਇਹ ਵੀ ਕੈਲਕੂਲੇਸ਼ਨਸ ਆਪਾਂ ਨੂੰ ਮਿਲਣਗੀਆਂ। ਮੈਮ ਥੈਂਕ ਯੂ ਸੋ ਮਚ, ਤੁਸੀਂ ਟਾਈਮ ਕੱਢਿਆ ਸਾਡੇ ਲਈ, ਅਤੇ ਫਿਰ ਮਿਲਾਂਗੇ, ਤਦ ਤੱਕ ਲਈ ਰੱਬ ਰਾਖਾ।